ਗੁਰੂਵਾਰ ਨੂੰ ਕਰਨਾਲ ਦੇ ਪਿੰਡ ਡਾਚਰ ਵਿੱਚ ਸੀਐਮ ਮਨੋਹਰ ਲਾਲ ਖੱਟੜ ਦੇ ਨਾ ਪਹੁੰਚਣ ਉਤੇ ਸਿੱਖ ਪਾਇਚਾਰੇ ਵਿੱਚ ਗੁੱਸਾਏ ਇਸੇ ਰੋਜ਼ ਦੇ ਚੱਲਦਿਆਂ ਸਿੱਖ ਪਾਇਚਾਰੇ ਨੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਭਾਰਤੀ ਜਨਤਾ ਪਾਰਟੀ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਇਸ ਪੂਰੇ ਮਾਮਲੇ ਉਤੇ babushahid.com ਦੇ ਐਡੀਟਰ ਬਲਜੀਤ ਬੱਲੀ ਦੀ ਤਿਰਛੀ ਨਜ਼ਰ ਕੀ ਕਹਿੰਦੀ ਹੈ ਆਓ ਜਾਣਦੇ ਹਰਿਆਣੇ ਦੇ ਕਰਨਾਲ ਜ਼ਿਲ੍ਹੇ ਦੇ ਗੁਰਦੁਆਰਾ ਡਾਚਰ ਸਾਹਿਬ ਦਾ ਇੱਕ ਬੜਾ ਇਨਵੈਕਲਾ ਇਹ ਮਸਲਾ ਸਾਹਮਣੇ ਆਇਆ ਮੁੱਖ ਮੰਤਰੀ ਹਰਿਆਣਾ ਮਨੋਰਾਲ ਖੱਟਰ ਦਾ ਹੋਰਾਂ ਧਾਰਮਿਕ ਸਥਾਨਾਂ ਦੇ ਨਾਲ ਨਾਲ ਇਸ ਗੁਰਦੁਆਰਾ ਸਾਹਿਬ ਜਾਣ ਦਾ ਪ੍ਰੋਗਰਾਮ ਸੀ 28 ਸਤੰਬਰ ਨੂੰ ਤੇ ਉਸ ਗੁਰਦੁਆਰੇ ਦੇ ਵਿੱਚ ਜਦੋਂ ਜਾਣ ਦਾ ਪ੍ਰੋਗਰਾਮ ਬਣਿਆ ਤੇ ਸਿਕਿਉਰਿਟੀ ਵਾਲਿਆਂ ਨੇ ਉੱਥੇ ਜਦੋਂ ਜਾਇਜ਼ਾ ਲਿਆ ਤੇ ਉਹਨਾਂ ਨੇ ਇਹ ਨੋਟ ਕੀਤਾ ਕਿ ਉੱਥੇ ਗੁਰਦਾਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੀ ਇੱਕ ਤਸਵੀਰ ਲੱਗੀ ਹੋਈ ਸੀ ਪੋਰਟਰੇਟ ਲੱਗਿਆ ਹੋਇਆ ਸੀ ਤੇ ਉਹਨੂੰ ਦੇਖ ਕੇ ਉਹਨਾਂ ਨੇ ਇਹ ਕਿਹਾ ਕਿ ਇਹਨੂੰ ਇਹ ਪੋਰਟਰੇਟ ਜਿਹੜਾ ਤਸਵੀਰ ਉਤਾਰ ਦਿਓ ਤੇ ਤੁਸੀਂ ਜੋ ਕੋਈ ਕੋ ਸੀ ਅਮਨੇ ਆਉਣਾ ਇੱਥੇ ਸੀਐਮ ਦਾ ਜਿਹੜਾ ਪ੍ਰੋਗਰਾਮ ਸੀ ਵਿੱਚ ਲੰਗਰ ਹਾਲ ਵਿੱਚ ਵੀ ਜਾਣਾ ਸੀ ਉਹਨਾਂ ਨੇ ਲੰਗਰ ਸ਼ਕਨਾਂ ਸੀ ਉੱਤੇ ਤੇ ਉੱਥੋਂ ਦੇ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਬਕਾਇਦਾ ਉਹਨਾਂ ਨੇ ਕਿਹਾ ਕਿ ਅ ਮੇਨੋਰ ਲਖਾਟੜ ਸੀ ਆਉਣਗੇ ਉਹ ਲੰਗਰ ਛਕਣਗੇ ਚਾਹ ਵੀ ਪੀਣਗੇ ਨਾਲ ਉਸ ਤਰ੍ਹਾਂ ਦਾ ਜਿਹੜੇ ਲੰਗਰ ਦੇ ਵਿੱਚ ਬੈਠਣਗੇ ਵੀ ਉਹ ਤੇ ਉਹਨਾਂ ਨੇ ਉਸੇ ਹਿਸਾਬ ਨਾਲ ਤਿਆਰੀ ਕਰ ਲਈ ਲੰਗਰ ਵੀ ਤਿਆਰ ਕਰ ਲਿਆ ਆਪਣੀ ਸਾਰੀ ਸੰਗਤ ਵੀ ਇਕੱਠੀ ਕਰ ਲਈ ਉੱਥੇ ਤੇ ਪਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਸਿਕਿਉਰਟੀ ਵਾਲਿਆਂ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਤਸਵੀਰ ਲਾ ਦਿਓ ਉਹ ਨਹੀਂ ਲਈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇਹ ਲੈਣੀ ਮੁਸ਼ਕਲ ਹੈ ਪੁਰਾਣੀ ਲੱਗੀ ਹੋਈ ਹੈ ਕੋਈ ਨਵੀਂ ਦਲਾਈ ਨਹੀਂ ਇਸ ਕਰਕੇ ਇਸ ਨੂੰ ਨਹੀਂ ਲਾ ਸਕਦੇ ਇਹ ਹੋਇਆ ਕਿ ਕਿ ਉਸ ਮਨੋਰ ਲਾਲ ਖੱਟਰ ਆਏ ਤੇ ਉਹ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਿਲਕੁਲ ਨਜ਼ਦੀਕ ਹੀ ਮੰਦਰ ਹੈ ਉੱਥੋਂ ਹੋ ਕੇ ਚਲੇ ਗਏ ਤੇ ਇਹ ਨਾ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆਏ ਉਹ ਤੇ ਉਹ ਉਹਦਾ ਮਿਸ ਕਰਤਾ ਕੈਨਸਲ ਕਰਤਾ ਪ੍ਰੋਗਰਾਮ ਗੁਰਦੁਆਰਾ ਕਮੇਟੀ ਦਾ ਕਹਿਣਾ ਹੈ ਕਿ ਉਹਨਾਂ ਨੇ ਸਾਨੂੰ ਦੱਸੇ ਬਿਨਾ ਅਚਾਨਕ ਕੈਨਸਲ ਕਰਤਾ ਅਚਾਨਕ ਪ੍ਰੋਗਰਾਮ ਰੱਦ ਕਰਤਾ ਅਸੀਂ ਤਿਆਰੀ ਕੀਤੀ ਹੋਈ ਸੀ ਪੂਰੀ ਸਾਡੀਆਂ ਭਾਵਨਾਵਾਂ ਨੂੰ ਠੇਸ ਵੱਜੀ ਹੈ ਪਰ ਸੀਐਮ ਨੇ ਬਾਅਦ ਚਹਿ ਸਪਸ਼ਟੀਕਰਨ ਦਿੱਤਾ ਹੈ ਕਲੈਰੀਫਿਕੇਸ਼ਨ ਦਿੱਤੀ ਹੈ ਖੁਦ ਮੰਨਿਆ ਕਿ ਉਹ ਇਸ ਕਰਕੇ ਨਹੀਂ ਗੁਰਦੁਆਰਾ ਸਾਹਿਬ ਜਗਾਇ ਕਿਉਂਕਿ ਸੰਤ ਪਿੰਡਰਾਂ ਵਾਲੇ ਦੀ ਫੋਟੋ ਲੱਗੀ ਹੋਈ ਸੀ ਤੇ ਉਹ ਨਹੀਂ ਲਾਈ ਉਹਨਾਂ ਨੇ ਇਸ ਕਰਕੇ ਸੀ ਪਹਿਲੇ ਹੀ ਪ੍ਰੋਗਰਾਮ ਰੱਦ ਕਰਤਾ ਸੀ ਜੀ ਅਸੀਂ ਸਵੇਰੇ ਹੀ ਉਹਨਾਂ ਨੂੰ ਦੱਸਤਾ ਸੀ ਪ੍ਰੋਗਰਾਮ ਰੱਦ ਕਰਕੇ ਉਹਨਾਂ ਵਰਸ਼ਨ ਇਹ ਹੈ ਔਰ ਉਹਨੇ ਪਬਲੀਕਲੀ ਐਲਾਨੀੇ ਤੌਰ ਤੇ ਮੀਡੀਆ ਸਾਹਮਣੇ ਇਹ ਗੱਲ ਕਹੀ ਹੈ ਕਿ ਕਿਉਂਕਿ ਸੰਤ ਜਨੈਲ ਸਿੰਘ ਭਿੰਡਰਾ ਵਾਲੇ ਦੀ ਉੱਥੇ ਫੋਟੋ ਲੱਗੀ ਹੋਈ ਸੀ ਤਸਵੀਰ ਲੱਗੀ ਹੋਈ ਸੀ ਇਸ ਕਰਕੇ ਉਹ ਗੁਰਦੁਆਰਾ ਸਾਹਿਬ ਚ ਨਹੀਂ ਗਏ ਬੜਾ ਨਵੇਕਲਾ ਮਸਲਾ ਹੈ ਕਿ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਜੇ ਕਿਸੇ ਦੇ ਵਿੱਚ ਸੰਤ ਜਨੈਲ ਸਿੰਘ ਦੀ ਫੋਟੋ ਲੱਗੀ ਹੋਈ ਹੈ ਤਾਂ ਉੱਥੇ ਕੋਈ ਸਿਆਸੀ ਨੁਮਾਇੰਦਾ ਤੇ ਸਰਕਾਰ ਸਰਕਾਰ ਦਾ ਹੈੱਡ ਜਿਹੜਾ ਵੀ ਉਹ ਨਹੀਂ ਜਾਏਗਾ ਇਹ ਦੇ ਨਾਲ ਕਈ ਇਹਦੇ ਨਾਲ ਮਸਲੇ ਜੁੜੇ ਨੇ ਕਈ ਸਵਾਲ ਜੁੜੇ ਨੇ ਇਹਦੇ ਨਾਲ ਕਈ ਕੁਐਸਚਨ ਜੁੜੇ ਨੇ ਕਿ ਕਿ ਜਿੱਥੇ ਜਿਸ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਕਿਤੇ ਅ ਕੋਈ ਧਾਰਮਿਕ ਸਥਾਨ ਤੇ ਸੰਤ ਜਰਨੈਲ ਸਿੰਘ ਭਿੰਡਾਵਾਲੀ ਦੀ ਫੋਟੋ ਲੱਗੇ ਉੱਥੇ ਜਿਹੜੇ ਚੁਣੇ ਹੋਏ ਨਮਾਇंदे ਖਾਸ ਕਰਕੇ ਬੀਜੇਪੀ ਦੇ ਕਿ ਉਹ ਨਹੀਂ ਜਾਣਗੇ ਜਾਂ ਨਹੀਂ ਜਾਂਦੇ ਇੱਕ ਤਾਂ ਇਹ ਮਸਲਾ ਹੈ ਦੂਸਰਾ ਇਹ ਹੈ ਕਿ ਸੰਤ ਜਰਨੈਲ ਸਿੰਘ ਭਿੰਡਾਵਾਲੇ ਅ ਉਹ ਜੋ ਮਰਜ਼ੀ ਵਿਵਾਦ ਹੋਣੋਂ ਨਾ ਬਾਰੇ ਵਕ ਵਕ ਜਿਹੜੇ ਹਿੱਸੇ ਨੇ ਲੋਕਾਂ ਦੇ ਉਹਨਾਂ ਦੇ رائے ਵੱਖਰੀ ਵੱਖਰੀ ਹੈ ਪਰ ਇਸ ਗੱਲ ਕੋਈ ਸ਼ੱਕ ਨਹੀਂ ਕਿ ਸਿੱਖ ਜਗਤ ਦਾ ਇੱਕ ਵੱਡਾ ਹਿੱਸਾ ਸੰਤ ਜਨੈ ਸਿੰਘ ਬਿੰਡਾ ਵਾਲੇ ਨੂੰ ਸ਼ਹੀਦ ਮੰਨਦਾ ਹੈ ਔਰ ਉਹ ਇਹ ਮੰਨਦਾ ਕਿ ਉਹ ਧਰਮ ਦੀ ਰਾਖ ਲਈ ਆਪਣੇ ਹਰਮਿੰਦਰ ਸਾਹਿਬ ਦੀ ਰਾਖ ਲਈ ਦਰਬਾਰ ਸਾਹਿਬ ਦੀ ਰਾਖ ਲਈ ਅਕਾਲ ਤਖਤ ਸਾਹਿਬ ਦੀ ਰਾਖ ਲਈ ਉਹਨਾਂ ਨੇ ਜਾਨ ਦਿੱਤੀ ਆਪਣੀ ਸਿੱਖ ਜਗਤ ਦਾ ਇਹ ਵੱਡਾ ਹਿੱਸਾ ਇਸ ਨੂੰ ਇਹ ਮੰਨਦਾ ਹੈ ਇਹ ਕੱਲਾ ਇਹ ਨਹੀਂ ਕਿ ਸਿੱਖ ਆਮ ਸਿੱਖ ਮੰਨਦੇ ਨੇ ਸ਼੍ਰੋਮਣੀ ਗੁਰਦੁਆਰਾ ਪਰੰਦੇ ਕਮੇਟੀ ਤੇ ਨਾਲ ਹੀ ਸ਼੍ਰੋਮਣੀ ਕਾਲੀ ਦਲ ਬਾਦਲ ਸ਼੍ਰੋਮਣੀ ਕਾਲੀ ਦਲ ਬਾਦਲ ਜਿਹੜੇ ਕਿ ਮੋਡਰੇਟ ਨੇਤਾ ਨੇ ਉਹਦੇ ਲੀਡਰਸ਼ਿਪ ਜਿਹੜੀ ਜਿਹੜੀ ਕਿ ਭਾਜਪਾ ਦੇ ਨਾਲ ਕੇਂਦਰ ਸਰਕਾਰ 'ਚ ਵੀ ਹਿੱਸੇਦਾਰ ਹੈ ਪੰਜਾਬ 'ਚ ਵੀ ਹਿੱਸੇਦਾਰ ਸੀ ਅਲਾਈਅੰਸ ਹੈ ਇਹਨਾਂ ਦਾ ਹਰ ਜਗ੍ਹਾ ਅਲਾਈਅੰਸ ਹੁੰਦੇ ਸੀ ਅਸੀਂ ਉਹ ਪਾਰਟੀ ਤੇ ਉਹ ਸਰਕਾਰ ਤੇ ਉਹਨਾਂ ਦੀ ਹੀ ਸ਼੍ਰੋਮਣੀ ਕਮੇਟੀ ਸੰਤ ਜਨਰਲ ਸਿੰਘ ਭਿੰਡਰਾਵਾਲੇ ਨੂੰ ਸ਼ਹੀਦ ਮੰਨੀ ਹੈ ਇੱਥੇ ਨਹੀਂ ਕਿ ਸ਼ਹੀਦ ਮੰਨੀ ਹੈ ਉਹਨਾਂ ਨੇ ਸੰਤ ਜਨਰਲ ਸਿੰਘ ਭਿੰਡਰਾਵਾਲੇ ਦੀ ਸ਼ਹੀਦੀ ਦੀ ਯਾਦਗਾਰ ਉਹ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਕਾਇਮ ਕਰਵਾਈ ਹੈ ਬਣਵਾਈ ਹੈ ਦਮਦਮਾ ਟਕਸਾਲ ਕੋਲੋਂ ਇੱਥੇ ਉੱਥੇ ਬਕਾਇਦਾ ਯਾਦਗਾਰ ਬਣਾਈ ਹੈ ਸੋ ਇਹ ਬੜਾ ਇੱਕ ਦਵੰਦ ਤੇ ਸਵੈ ਵਿਰੋਧ ਹੈਗਾ ਕਿ ਇੱਕ ਪਾਸੇ ਬੀਜੇਪੀ ਦੇ ਇੱਕ ਮੁੱਖ ਮੰਤਰੀ ਉਹ ਇਸ ਕਰਕੇ ਮਨਾ ਕਰ ਦਿੰਦੇ ਨੇ ਕਿ ਗੁਰਦੁਆਰੇ ਜਾਣ ਤੋਂ ਕਿਉਂ ਕਿ ਉੱਥੇ ਸੰਜਲਨ ਸਿੰਘ ਦੇ ਪਿੰਡਾਂ ਦੀ ਫੋਟੋ ਲੱਗੀ ਹੈ ਦੂਜੀ ਪਾਸੇ ਉਹਨਾਂ ਦੀ ਜਿਹੜੀ ਹਿੱਸੇਦਾਰ ਬਾਡੀ ਹੈ ਕੇਂਦਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹ ਪਿੰਡਾਂ ਵਾਲੇ ਨੂੰ ਸ਼ਹੀਦ ਕਹਿ ਕੇ ਉਹਨਾਂ ਦੀ ਯਾਦਗਾਰ ਕਾਇਮ ਕਰਵਾਉਂਦੀ ਹੈ ਉਹ ਵੀ ਹਰਮਿੰਦਰ ਸਾਹਿਬ ਚ ਤੇ ਠੀਕ ਹੈ ਮੁੱਖ ਮੰਤਰੀ ਇਹ ਹੋ ਸਕਦਾ ਸੋਚਦੇ ਹੋਣ ਕਿ ਜੇ ਉਹਨਾਂ ਦਾ ਉੱਥੇ ਕਿਤੇ ਫੋਟੋ ਦੇ ਨਾਲ ਫੋਟੋ ਆ ਗਈ ਤਾਂ ਇਹ ਸਵਾਲ ਉੱਠਣਗੇ ਕਿ ਭਿੰਡਾਲੇ ਦੀ ਜਿਹੜੀ ਫੋਟੋ ਦੇ ਕੋਲ ਕਿਉਂ ਖੜੇ ਜਾਂ ਉਹਨਾਂ ਦੇ ਉੱਥੇ ਕਿਉਂ ਗਏ ਇਸ ਤਰ੍ਹਾਂ ਦੇ ਸਵਾਲ ਉੱਠਣਗੇ ਉਹਨਾਂ ਦੇ ਮਨ 'ਚ ਹੋ ਸਕਦਾ ਹੈ ਪਰ ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਕੰਪਲੈਕਸ ਦੇ ਵਿੱਚ ਹਰਮਿੰਦਰ ਸਾਹਿਬ ਦੇ ਨਾਲ ਉੱਥੇ ਜਿਹੜੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ ਸੰਤ ਭਿੰਡਾਲੇ ਦੀ ਯਾਦਗਾਰ ਬਣੀ ਹੋਈ ਹੈ ਤਸਵੀਰਾਂ ਵੀ ਲੱਗੀਆਂ ਹੋਈਆਂ ਨੇ ਉਹਨਾਂ ਦੇ ਸਾਥੀਆਂ ਨੇ ਕਿ ਕੁਝ ਦਿਨ ਤਸਵੀਰਾਂ ਲੱਗੀਆਂ ਹੋਈਆਂ ਨੇ ਤੇ ਕੀ ਭਾਜਪਾ ਦੇ ਨੇਤਾ ਜਾਂ ਮੁੱਖ ਮੰਤਰੀ ਜਾਂ ਖੱਟਰ ਸਾਹਿਬ ਕੀ ਉਹ ਉੱਥੇ ਨਹੀਂ ਜਾਣਗੇ? ਦਵਰ ਸਾਹਿਬ ਨਹੀਂ ਜਾਣਗੇ ਕਿਉਂਕਿ ਉੱਥੇ ਫੋਟੋਆਂ ਲੱਗੀਆਂ ਹੋਈਆਂ ਨੇ। ਇਹ ਸਵਾਲ ਵੀ ਹੋਏਗਾ, ਉਹਨਾਂ ਨੂੰ ਹੁੰਦਾ ਰਹੇਗਾ ਤੇ ਨਾਲ ਦੀ ਨਾਲ ਇਹ ਕਿ ਸ਼ਰੋਣੀ ਕਮੇਟੀ ਤੇ ਕਾਲੀ ਦਲ ਬਾਦਲ ਨੂੰ ਵੀ ਸਵਾਲ ਹੋਏਗਾ ਕਿ ਤੁਹਾਡੀ ਜਿਹੜੀ ਸਹਿਯੋਗੀ ਪਾਰਟੀ ਹੈ ਤੁਹਾਡੀ ਗਲਾਂਸ ਪਾਰਟਨ ਹੈ ਉਹ ਇਸ ਤਰ੍ਹਾਂ ਦਾ ਸਟੈਂਡ ਲੈਂਦੇ ਨੇ ਇਹ ਸਵਾਲ ਉੱਠਣੇ ਲਾਜ਼ਮੀ ਨੇ ਤੇ ਅਗਲੀ ਗੱਲ ਇਹ ਹੈਗਾ ਕਿ ਉੱਥੇ ਸਿੱਖ ਜਿਹੜੇ ਭਾਈਚਾਰਾ ਸੀ ਉਹਨਾਂ ਦੇ ਮਨ ਚ ਰੋਸ ਹੋਇਆ ਉਹਨੇ ਵੀ ਭਾਵਨਾ ਨੂੰ ਠੇਸ ਪਹੁੰਚੀ ਉਹਨਾਂ ਨੇ ਕਿਹਾ ਇਹ ਗਲਤ ਹੋਇਆ ਸਾਡੇ ਨਾਲ ਉਹਨੇ ਉਸ ਤੋਂ ਬਾਅਦ ਇਹਦਾ ਰੋਸ ਬਖਾਵਾ ਕਿ ਦਾ ਸਪੌਂਡੇਨੀਅਸ ਜਿਹੜਾ ਅਚਾਨਕ ਗੁੱਸਾ ਆਇਆ ਰੋਸ ਆਇਆ ਉਹਨੇ ਕੋਈ ਥੋੜੀ-ਮੋਟੀ ਉਹ ਉਹਦੇ ਗੱਡੀਆਂ ਦੀ ਭੰਨ ਤੋੜ ਵੀ ਹੋਈ ਜਿਹੜੀ ਕਿ ਆਪਣੇ ਆਪ ਚ ਕੋਈ ਚੰਗੀ ਗੱਲ ਨਹੀਂ ਹੈਗੀ ਕੇਸ ਵੀ ਦਰਜ ਹੋਏ ਤੇ ਉਸ ਤੋਂ ਬਾਅਦ ਫਿਰ ਕਰਨਾਲ ਦੇ ਵਿੱਚ ਇਕੱਠ ਹੋਇਆ ਸਿੱਖ ਭਾਈਚਾਰੇ ਦਾ ਸੌਰੀ ਉਸ ਇਕੱਠ ਚ ਵੀ ਇਹ ਰੋਸ ਜ਼ਾਹਰ ਕੀਤਾ ਗਿਆ ਤੇ ਦੋ ਮੰਗਾਂ ਰੱਖੀਆਂ ਗਈਆਂ ਕਿ ਇੱਕ ਤਾਂ ਮੁੱਖ ਮੰਤਰੀ ਮਾਫੀ ਮੰਗਣ ਤੇ ਦੂਸਰਾ ਇਹ ਜਿਹੜਾ ਕੇਸ ਵਾਪਸ ਲਏ ਜਾਣ ਤੇ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਅੱਗੇ ਨਾਲ ਅਖਤਿਆਰ ਕੀਤਾ ਜਾਵੇ। ਪਰ ਨਾਲ ਦੀ ਨਾਲ ਇੱਕ ਹੋਰ ਵੈਲਿਊ ਜਿਹੜਾ ਸਾਹਮਣੇ ਆਇਆ ਉੱਥੇ ਜਿਹੜਾ ਕਿ ਉਸ ਗੁਰਦੁਆਰਾ ਕਮੇਟੀ ਤੇ ਜ ਸਿੱਖ ਭਾਈਚਾਰਾ ਜਿਹੜਾ ਉਹਦੇ ਤੇ ਇੱਕ ਰਿਫਲੈਕਸ਼ਨ ਹੋਏਗਾ ਜਾਂ ਉਹਦੇ ਤੇ ਇੱਕ ਸਵਾਲ ਉੱਠੇਗਾ ਉਹਨਾਂ ਤੇ ਕਿਉਂਕਿ ਜਦੋਂ ਉੱਥੇ ਇਕੱਠ ਹੋਇਆ ਗੁਰਦੁਆਰਾ ਦੇ करनाल ਦੇ ਵਿੱਚ ਗੁਰਦੁਆਰਾ ਕਾਰ ਸੇਵਾ ਦੇ ਵਿੱਚ ਵਿੱਚ ਤੇ ਕੱਟ ਤੋਂ ਬਾਅਦ ਉੱਥੇ ਜਿਹੜੇ ਨਾਰੇ ਲੱਗੇ ਉਹ ਭਾਵੇਂ ਇੱਕ ਗਰੁੱਪ ਨੇ ਲਾਏ ਜਾਂ ਕੁਝ ਥੋੜੇ ਜਿਹੜਾ ਕੱਟ ਸੀਓ ਦੇ ਵਿੱਚੋਂ ਇੱਕ ਹਿੱਸੇ ਨੇ ਲਾਏ ਪਰ ਉਹ ਨਾਰੇ ਜਿਹ ਲੱਗੇ ਖਾਲਸਾਤਨ ਜਿੰਦਾਬਾਦ ਦੇ ਜਿਹੜੇ ਕਿ ਆਪਣੇ ਆਪ ਤੇ ਵਿੱਚ ਇੱਕ ਫਿਰ ਨਵਾਂ ਸਵਾਲ ਖੜਾ ਕਰਦੇ ਆ ਕਿ ਜੇ ਉਹ ਨਾਰੇ ਇਸ ਸਰਖਾਲਸਾਤਨ ਦੇ ਲੱਗਦੇ ਆ ਤਾਂ ਫਿਰ ਉਹ ਦੂਜੇ ਪਾਸੇ ਉਹ ਸਰਕਾਰ ਤੋਂ ਮਾਫੀ ਮੰਗਣ ਦੀ ਗੱਲ ਕਰਦੇ ਆ ਜਾਂ ਮੁੱਖ ਮੰਤਰੀ ਤੋਂ ਮਾਫੀ ਮੰਗਾਉਣ ਦੀ ਗੱਲ ਕਰਦੇ ਆ ਤਾਂ ਉਹ ਕਿਵੇਂ ਜੜ ਜੜੇ ਹੀ ਸ ਕਾਲਿਸਤਾਨ ਦੇ ਲੱਗੇ ਨਾਰੇ ਤਾਂ ਕੁਦਰਤੀ ਤੌਰ ਤੇ ਸਰਕਾਰ ਦਾ ਵਤੀਰਾ ਜਾਂ ਮੁੱਖ ਮੰਤਰੀ ਦਾ ਵਤੀਰਾ ਉਹ ਬਿਲਕੁਲ ਹੀ ਉਮੀਦ ਨਹੀਂ ਕੀਤੀ ਜਾਣੀ ਚਾਹੀਦੀ ਕਿ ਉਹ ਨਰਮ ਹੋਏਗਾ ਜਾਂ ਉਸ ਨੂੰ ਉਸ ਗੱਲ ਤੇ ਉਹ ਰੀਕਨਸਾਈਲ ਕਰਨਗੇ ਜਾਂ ਜਾਂ ਉਸ ਗੱਲ ਤੇ ਕੋਈ ਸਮਝੌਤਾ ਕਰਨਗੇ ਇਹ ਨਹੀਂ ਹੋਣਾ ਸੋ ਇਹ ਇਹ ਗੱਲ ਹੈ ਜੇ ਸਪਸ਼ਟ ਨਹੀਂ ਹੈ ਕਿ ਉਹਦੇ ਵਿੱਚੋਂ ਜਿਹੜੇ ਜਿਹੜੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਜਿਹੜੀ ਹੈ ਉਹਦਾ ਕੀ ਰੋਲ ਸੀ ਉਹ ਜਿਹੜਾ ਨਾਰੇ ਲਾਉਣ ਵਾਲੇ ਖਾਲਸਾਤਨ ਦੇ ਨਾਰੇ ਲਾਉਣ ਵਾਲਾ ਕਿਹੜਾ ਗਰੁੱਪ ਸੀ ਉਸਨੇ ਪਰ ਹੈ ਉਹ ਉਸੇ ਇਕੱਠ ਦੇ ਵਿੱਚ ਸੀ ਸੋ ਇਹ ਇੱਕ ਨਵਾਂ ਸਵਾਲ ਖੜਾ ਹੋ ਗਿਆ ਪਰ ਪਰ ਇਹ ਸਾਡੀ ਸਮਾਜ ਦਾ ਸਾਡੇ ਜਿਹੜਾ ਪੰਜਾਬ ਦਾ ਹਰਿਆਣੇ ਦਾ ਤੇ ਹੋਰਾਂ ਥਾਵਾਂ ਦਾ ਇੱਕ ਬਹੁਤ ਵੱਡਾ ਤਰਸਦੀ ਕਹਿ ਲੋ ਕਿ ਸਾਡੇ ਸਮਾਜ ਦੇ ਜਿਹੜੇ ਹਿੱਸੇ ਨੇ ਉਹ ਵੰਡੇ ਹੋਏ ਨੇ ਵਕਫਾ ਖਮੋਦਿਆਂ ਤੇ ਵਕਫਾ ਖਸ਼ਕੀਆਤਾਂ ਤੇ ਵਕਫਾ ਧਰਮਾਂ ਦੇ ਤੇ ਵੱਖ-ਵੱਖ ਜਿਹੜੇ ਅਦਰਪੇਸ਼ ਮਸਲੇ ਨੇ ਲੋਕਾਂ ਦੇ ਜਾਤ-ਪਾਤ ਤੇ ਤੇ ਇਹਨਾਂ ਦੇ ਉਹ ਵੰਡੇ ਹੋਏ ਨੇ ਤੇ ਉਹ ਵੰਡ ਦੇ ਨਤੀਜੇ ਜਿਹੜੇ ਆ ਉਹ ਬੜੇ ਬੇਕਿਰਕੀਚ ਨਿਕਲਦੇ ਨੇ ਜਿਸ ਤਰ੍ਹਾਂ ਕਿ ਇਹ ਇਹ ਨਿਕਲਿਆ ਹੈ ਇਸ ਕਿਰਤ ਜਿਹੜਾ ਹਰਿਆਣੇ ਦਾ ਤੇ ਹੁਣ ਅੱਗੇ ਦੇਖੋ ਸਰਕਾਰ ਨੇ ਦਾ ਕੀ ਤੀਰਾ ਹੁੰਦਾ ਪਰ ਇਸ ਕੱਲ ਨੂੰ ਸਰਕਾਰ ਦੀ ਸਿਆਣਪ ਇਸ ਕੱਲ ਕਿਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਕੂਲ ਨੀਠੇ ਔਰ ਚਿੜੀਆਂ ਜਿਹੜੇ ਉੱਥੋਂ ਦੇ ਸਿੱਖ ਭਾਵਨਾਵਾਂ ਨੂੰ ਜਿਨ੍ਹਾਂ ਦੀ ਠੇਸ ਲੱਗੀ ਹੈ ਜਾਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਸਾਡੇ ਨਾਲ ਜ਼ਿਆਤੀ ਹੋਈ ਜਾਂ ਸਾਦ ਨੂੰ ਠੀਕ ਨਹੀਂ ਵਿਵਹਾਰ ਹੋਇਆ ਉਹ ਮਿਲ ਬੈਠ ਕੇ ਇਸ ਦਾ ਕੋਈ ਨਿਤਾਰਾ ਕਰਨਾ ਚਾਹੀਦਾ